ਸੈਵਨ ਪ੍ਰਾਈਮ ਟੀਵੀ ਵਿੱਚ ਤੁਹਾਡਾ ਸਵਾਗਤ ਕਰਦੇ ਹਾਂ। ਜ਼ਿਲ੍ਹਾ ਸੰਗਰੂਰ ਦੇ ਭਾਨੀਗੜ੍ਹ ਸ਼ਹਿਰ ਵਿੱਚ ਲੜਕੀਆਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਮਾਈ ਭਾਗੋ ਸਕੀਮ ਤਹਿਤ ਸਾਈਕਲ ਵੰਡ ਸਮਾਰੋਹ ਕਰਵਾਇਆ ਗਿਆ, ਜਿਸ ਵਿੱਚ ਦੂਰ ਦੁਰਾਡੇ ਦੇ ਪਿੰਡਾਂ ਤੋਂ ਆਉਣ ਵਾਲੀਆਂ ਗਰੀਬ ਪਰਿਵਾਰਾਂ ਦੀਆਂ ਲੜਕੀਆਂ ਨੂੰ ਸਾਈਕਲ ਦਿੱਤੇ ਗਏ। ਸਮਾਰੋਹ ਦੀ ਪ੍ਰਧਾਨਗੀ ਸਿੱਖਿਆ ਮੰਤਰੀ ਸ੍ਰੀ ਵਿਜੇਂਦਰ ਸਿੰਗਲਾ ਨੇ ਕੀਤੀ। ਇਸ ਮੌਕੇ ਉਹਨਾਂ ਬੱਚੀਆਂ ਦੀਆਂ ਸਮੱਸਿਆਵਾਂ ਵੀ ਸੁਣੀਆਂ ਅਤੇ ਮੌਕੇ 'ਤੇ ਹੱਲ ਵੀ ਕੀਤਾ। ਪਹਿਲੇ ਕੋਈ ਕੰਪਿਊਟਰ ਨਹੀਂ ਚੱਲਦਾ, ਸਿਰਫ ਇੱਕ ਕੰਪਿਊਟਰ ਚੱਲਦਾ ਹੈ। ਸਾਨੂੰ ਪ੍ਰੈਕਟੀਕਲ ਕਰਨ ਲਈ ਬਹੁਤ ਮੁਸ਼ਕਿਲ ਆਉਂਦੀ ਹੈ ਅਤੇ ਵਜ਼ੀਫੇ ਦਾ ਕੰਮ ਵੀ ਕੋਈ ਕੰਪਿਊਟਰ ਦੇ ਚੱਲਣ ਕਾਰਨ ਸਾਨੂੰ ਬਹੁਤ ਪ੍ਰੋਬਲਮਸ ਆਉਂਦੀ ਹੈ। ਠੀਕ ਹੈ ਬੇਟੀ। ਕੁਛ ਨਹੀਂ, ਸਾਡੇ ਬੇਟੀਆਂ ਦਾ ਸਕੂਲ ਹੈ ਭਵਾਨੀਗੜ੍ਹ ਦਾ, ਇਹਨਾਂ ਦੀਆਂ ਤਕਲੀਫਾਂ ਸੁਣਨ ਵਾਸਤੇ, ਇਹਨਾਂ ਨੂੰ ਕਿਸ ਚੀਜ਼ ਦੀ ਸਹੂਲਤ ਦੀ ਲੋੜ ਹੈ, ਉਹਨਾਂ ਗੱਲਾਂ ਨੂੰ ਵਨ ਟੂ ਵਨ ਬੱਚਿਆਂ ਨਾਲ ਗੱਲ ਕਰਨ ਵਾਸਤੇ ਮੈਂ ਉਰੇ ਅੱਜ ਹਾਜ਼ਰ ਹੋਇਆ ਸੀ। ਔਰ ਤੁਸੀਂ ਦੇਖਿਆ ਕਿ ਕਿੰਨੇ ਚੰਗੇ ਸੁਝਾਅ ਬੱਚਿਆਂ ਦੇ ਆਏ ਹੈ, ਇਹਨਾਂ ਨੂੰ ਆਉਣ ਵਾਲੇ ਸਮੇਂ 'ਚ ਸੂਬੇ ਦੀ ਸਰਕਾਰ ਇੰਪਲੀਮੈਂਟ ਕਰੇਗੀ ਔਰ ਜਿਹੜੀਆਂ ਇਹਨਾਂ ਦੀਆਂ ਤਕਲੀਫਾਂ ਉਹਨਾਂ ਨੂੰ ਬਾਕੀ ਸਕੂਲਾਂ ਵਿੱਚ ਵੀ ਸਮਝ ਕੇ ਕਿ ਉਹ ਸਕੂਲਾਂ 'ਚ ਬਾਕੀ ਸਕੂਲਾਂ ਵਿੱਚ ਬੱਚਿਆਂ ਨੂੰ ਤਕਲੀਫਾਂ ਨਾ ਆਉਣ, ਉਸ ਦੇ ਉੱਪਰ ਪ੍ਰੋਗਰਾਮ ਬਣਾਓ। ਭਾਈ ਭਾਗੋ ਸਕੀਮ ਦੇ ਤਹਿਤ ਕਿੰਨੇ ਸਾਈਕਲ ਵੰਡੇ ਗਏ ਸਰ? 300 ਸਾਈਕਲ ਬੱਚਿਆਂ ਨੂੰ ਦੇਣ ਵਾਲਾ ਸੀਗਾ, ਉਸ ਨੂੰ ਦੇਣ ਵਾਸਤੇ ਉਹ ਵੀ ਦਿੱਤੇ ਗਏ। ਅੱਛਾ, ਮੇਰਾ ਨਾਮ ਨੀਰਜਾ ਸੂਦ ਹੈ ਜੀ। ਮੈਂ ਬਤੌਰ ਪ੍ਰਿੰਸੀਪਲ ਭਵਾਨੀਗੜ੍ਹ ਗਰਲ ਸਕੂਲ ਦੇ ਵਿੱਚ ਕੰਮ ਕਰ ਰਹੀ ਹਾਂ। ਅੱਜ ਸਾਡੇ ਸਕੂਲ ਦੇ ਵਿੱਚ ਮਾਈ ਭਾਗੋ ਸਕੀਮ ਅਧੀਨ ਸਾਈਕਲ ਵੰਡ ਸਮਾਰੋਹ ਹੋਇਆ, ਜਿਸ ਦੀ ਪ੍ਰਧਾਨਗੀ ਸਾਡੇ ਮਾਣਯੋਗ ਸਿੱਖਿਆ ਮੰਤਰੀ ਸ਼੍ਰੀ ਵਿਜੇਂਦਰ ਸਿੰਗਲਾ ਜੀ ਨੇ ਕੀਤੀ। ਉਹਨਾਂ ਨੇ ਆਪਣੇ ਕੀਮਤੀ ਸਮੇਂ ਵਿੱਚੋਂ ਸਮਾਂ ਕੱਢ ਕੇ ਸਾਡੀਆਂ ਬੇਟੀਆਂ ਨੂੰ ਉਤਸ਼ਾਹਿਤ ਕਰਨ ਦੇ ਲਈ, ਤਾਂ ਕਿ ਉਹ ਹੋਰ ਪੜ੍ਹਾਈ ਦੇ ਵਿੱਚ ਅੱਗੇ ਵੱਧ ਸਕਣ, ਹਰ ਖੇਤਰ ਦੇ ਵਿੱਚ ਆਪਣੇ ਸਕੂਲ ਮਾਂ ਬਾਪ ਅਤੇ ਖੇਤਰ ਦਾ ਨਾਮ ਉੱਚਾ ਕਰ ਸਕਣ। ਇਸ ਲਈ ਸਿੰਗਲਾ ਸਾਹਿਬ ਨੇ ਸਾਡੀ ਬੇਨਤੀ ਸਵੀਕਾਰ ਕੀਤੀ ਅਤੇ ਇਸ ਸਮਾਰੋਹ ਦੇ ਵਿੱਚ ਸ਼ਾਮਲ ਹੋਏ। ਸਿੰਗਲਾ ਸਾਹਿਬ ਵੱਲੋਂ ਜੋ ਤੁਹਾਨੂੰ ਮੰਗਾਂ ਰੱਖੀਆਂ ਗਈਆਂ ਨੇ, ਵੈਸੇ ਕੋਈ ਕੀ ਮੰਗਾਂ, ਕੋਈ ਮੇਨ ਇੰਪੋਰਟੈਂਟ ਮੰਗ ਕੀ ਰੱਖੀ? ਸਾਡੀ ਮੰਗ ਇਹੀ ਹੈ ਕਿ ਸਾਡਾ ਜਿੱਥੇ ਅਸੀਂ ਰੋਜ਼ ਪ੍ਰਾਰਥਨਾ ਕਰਾਉਂਦੇ ਹਾਂ ਉਹ ਸਾਡਾ ਗਰਾਊਂਡ ਕੱਚਾ ਹੈ, ਅਤੇ ਜਦੋਂ ਵੀ ਬਾਰਿਸ਼ ਆਉਂਦੀ ਹੈ ਨਾ ਤਾਂ ਅਸੀਂ ਪ੍ਰੋਪਰਲੀ ਸਵੇਰ ਦੀ ਸਭਾ ਹੈਲਡ ਕਰ ਸਕਦੇ ਹਾਂ, ਅਤੇ ਜੇ ਦੋ ਤਿੰਨ ਦਿਨ ਜਦੋਂ ਗਰਾਊਂਡ ਖਰਾਬ ਰਹਿੰਦਾ ਹੈ ਤਾਂ ਬੱਚਿਆਂ ਦੀ ਸਾਰੀ ਵਰਦੀ ਹੈ ਸਵੇਰੇ ਹੀ ਖਰਾਬ ਹੋ ਜਾਂਦੀ ਹੈ। ਅਤੇ ਦੂਸਰੀ ਗੱਲ ਕਿ ਸਾਡੀ ਜਿਹੜੀ ਚਾਰ ਦੀਵਾਰੀ ਹੈ ਉਹ ਛੋਟੀ ਹੈ, ਅਸੀਂ ਉਹਨਾਂ ਮੂਹਰੇ ਮੰਗ ਰੱਖੀ ਕਿ ਸਾਡੀ ਚਾਰ ਦੀਵਾਰੀ ਉੱਚੀ ਕਰਾਈ ਜਾਏ, ਅਤੇ ਕੰਪਿਊਟਰ ਲੈਬ ਅਤੇ ਸਾਇੰਸ ਲੈਬ ਨੂੰ ਹੋਰ ਰਿਪੇਅਰ ਦੀ ਲੋੜ ਹੈ, ਮੇਨਟੇਨੈਂਸ ਦੀ ਲੋੜ ਹੈ। ਕਈ ਕਮਰੇ ਵੀ ਸਕੂਲ ਦੇ ਵਿੱਚ ਪੁਰਾਣੇ ਕਾਫੀ ਹੱਦ ਤੱਕ ਹੋ ਚੁੱਕੇ ਹਨ, ਉਹਨਾਂ ਨੂੰ ਮੇਨਟੇਨੈਂਸ ਦੀ ਲੋੜ ਹੈ। ਸਾਡੇ ਕੋਲ ਲਾਇਬ੍ਰੇਰੀ ਦੇ ਵਿੱਚ ਕਿਤਾਬਾਂ ਤਾਂ ਕਾਫੀ ਨੇ, ਪਰ ਪੂਰਾ ਰੂਮ ਨਾ ਹੋਣ ਕਰਕੇ, ਵੱਡਾ ਰੂਮ ਨਾ ਹੋਣ ਕਰਕੇ ਬੱਚੇ ਉੱਥੇ ਬੈਠ ਕੇ ਲਾਇਬ੍ਰੇਰੀ ਦੀਆਂ ਕਿਤਾਬਾਂ ਦਾ ਪੂਰਾ ਲਾਭ ਨਹੀਂ ਉਠਾ ਸਕਦੇ। ਅਸੀਂ ਇਹ ਸਾਰੀਆਂ ਬੇਨਤੀਆਂ ਮਾਣਯੋਗ ਸਿੱਖਿਆ ਮੰਤਰੀ ਜੀ ਨੂੰ ਕੀਤੀਆਂ ਨੇ, ਅਤੇ ਉਹਨਾਂ ਨੇ ਸਾਨੂੰ ਪੂਰਾ ਯਕੀਨ ਦਿਲਾਇਆ ਹੈ ਕਿ ਆਉਣ ਵਾਲੇ ਸਮੇਂ ਵਿੱਚ ਜਲਦੀ ਹੀ ਸਾਡੀਆਂ ਇਹ ਸਾਰੀਆਂ ਮੰਗਾਂ ਹੈ ਜਿਹੜੀਆਂ ਪੂਰੀਆਂ ਹੋ ਜਾਣਗੀਆਂ, ਤਾਂ ਕਿ ਸਾਡੀਆਂ ਬੱਚੀਆਂ ਹੋਰ ਵਧੀਆ ਮਾਹੌਲ ਦੇ ਵਿੱਚ ਸਿੱਖਿਆ ਹਾਸਲ ਕਰ ਸਕਣ ਅਤੇ ਆਪਣੇ ਮਾਂ ਬਾਪ ਸਕੂਲ ਅਤੇ ਭਵਾਨੀਗੜ੍ਹ ਇਲਾਕੇ ਦਾ ਨਾਮ ਰੋਸ਼ਨ ਕਰ ਸਕਣ। ਮੇਰਾ ਨਾਮ ਹਰਮਨ ਦੀਵਾਨ। ਕਿਹੜੇ ਪਿੰਡ ਆਉਣੇ ਜੀ? ਮੈਂ ਦਿਆਲਪੁਰ ਤੋਂ। ਤੁਹਾਨੂੰ ਆਉਣ ਜਾਣ 'ਚ ਮੁਸ਼ਕਿਲ ਬਹੁਤ ਹੁੰਦੀ ਹੋਏਗੀ? ਜੀ ਸਰ, ਮੁਸ਼ਕਿਲ ਹੁੰਦੀ ਸੀ। ਅੱਜ ਤੁਹਾਨੂੰ ਸਿੱਖਿਆ ਮੰਤਰੀ ਸਾਹਿਬ ਵੱਲੋਂ ਸਾਈਕਲ ਮਿਲਿਆ, ਇਸ ਬਾਰੇ ਤੁਸੀਂ ਕੀ ਕਹੋਗੇ?
ਸਿੱਖਿਆ ਮੰਤਰੀ ਵੱਲੋਂ ਸਾਨੂੰ ਸਾਈਕਲ ਮਿਲ ਗਏ ਨੇ, ਇਸ ਨਾਲ ਸਾਨੂੰ ਆਉਣ ਜਾਣ ਦੇ ਵਿੱਚ ਮੁਸ਼ਕਿਲ ਨਹੀਂ ਹੋਏਗੀ। ਅਸੀਂ ਬਹੁਤ ਜ਼ਿਆਦਾ ਧੰਨਵਾਦ ਕਰਦੇ ਹਾਂ, ਸਾਡੇ ਸਕੂਲ ਵੱਲੋਂ ਵੀ ਉਹਨਾਂ ਦਾ ਧੰਨਵਾਦ ਕਰਦੇ ਹਾਂ ਕਿ ਸਾਨੂੰ ਸਾਈਕਲ ਦਿੱਤੇ ਗਏ, ਇਸ ਨਾਲ ਸਾਨੂੰ ਕੋਈ ਪ੍ਰੋਬਲਮ ਨਹੀਂ ਹੋਏਗੀ ਆਉਣ 'ਚ ਆਉਣ ਜਾਣ 'ਚ। ਸਾਡੀਆਂ ਡਿਮਾਂਡਾਂ, ਸਾਡੀ ਲਾਇਬ੍ਰੇਰੀ ਵੀ, ਲਾਇਬ੍ਰੇਰੀ ਦੇ ਵਿੱਚ ਬੁੱਕਸ ਦੀ ਫੈਸਿਲਿਟੀ ਵੀ ਹੈਗੀ ਆ ਹੁਣ, ਅਤੇ ਕੰਪਿਊਟਰ ਰੂਮ ਦੀ ਵੀ ਫੈਸਿਲਿਟੀ ਹੈਗੀ ਆ ਸਾਨੂੰ। ਸਾਇੰਸ ਲੈਬ ਦੀ ਛੱਤਾਂ ਖਰਾਬ ਸੀ, ਉਹ ਠੀਕ ਹੈ ਹੁਣ। ਤੁਹਾਨੂੰ ਅੱਜ ਸਾਈਕਲ ਲੈ ਕੇ ਕਿੰਨਾ ਖੁਸ਼ੀ ਮਹਿਸੂਸ? ਬਹੁਤ ਖੁਸ਼ੀ ਹੋ ਰਹੀ। ਜਸ਼ਨਦੀਪ ਕੌਰ। ਅਤੇ ਤੁਸੀਂ ਕਿਹੜੀ ਜਗ੍ਹਾ ਤੋਂ ਆਉਣੇ? ਮੈਂ ਕਾਕੜੀ ਤੋਂ ਆਉਂਦੀ ਹਾਂ। ਅਤੇ ਆਉਣ ਜਾਣ 'ਚ ਤੁਹਾਨੂੰ ਪ੍ਰੋਬਲਮ ਬਹੁਤ ਹੁੰਦੀ ਹੈਗੀ? ਹਾਂਜੀ, ਪਹਿਲਾਂ ਬਹੁਤ ਪ੍ਰੋਬਲਮ ਆਉਂਦੀ ਸੀਗੀ, ਬੱਸ ਸਟੋਪ 'ਤੇ ਖੜ੍ਹਨਾ ਪੈਂਦਾ ਸੀ ਬੱਸ ਦੀ ਉਡੀਕ ਕਰਨ ਲਈ, ਪਰ ਇਸ ਸਕੀਮ ਤਹਿਤ ਸਾਨੂੰ ਜਿਹੜੇ ਸਾਈਕਲ ਮਿਲੇ ਨੇ, ਇਹਦੇ ਨਾਲ ਸਾਨੂੰ ਕਾਫੀ ਲਾਭ ਹੋਊਗਾ। ਮੈਂ ਧੰਨਵਾਦ ਕਰਦੀ ਹਾਂ ਸਰਕਾਰ ਦਾ, ਜਿਨ੍ਹਾਂ ਨੇ ਸਾਨੂੰ ਸਾਈਕਲ ਪ੍ਰੋਵਾਈਡ ਕੀਤੇ ਨੇ। ਵਿਦਿਆਰਥਣਾਂ ਵੱਲੋਂ ਰੰਗਾਰੰਗ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ। ਭਾਨੀਗੜ੍ਹ ਤੋਂ ਸੁਰਿੰਦਰ ਸ਼ਿੰਦੀ ਦੀ ਰਿਪੋਰਟ। ਸੈਵਨ ਪ੍ਰਾਈਮ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਐਂਡ ਲੈਫਟ ਸਾਈਡ 'ਤੇ ਬੈਲ ਦਾ ਆਈਕਨ ਦਬਾਉਣਾ ਨਾ ਭੁੱਲੋ।